ਲਓ ਜੀ, ਇਹਨੇ ਚਿਰ ਦੇ ਚੱਲਦੇ ਚੱਲਦੇ ਪੈ ਗਈ ਸ਼ਾਮ ਤੇ ਆਪਾਂ ਰੁਕ ਗਏ ਇੱਕ ਜਗ੍ਹਾ ਤੇ ਪ੍ਰਿਆ ਨੂੰ ਹਜੇ ਵੀ ਨਹੀਂ ਪਤਾ, ਰੇਟਿੰਗ ਕਰਦੇ ਲਾਇਆ ਮੈਨੂੰ, ਹਜੇ ਵੀ ਨਹੀਂ ਪਤਾ ਵਾ ਜਾਣਾ ਕਿੱਥੇ ਇਹਨੂੰ। ਤੇ ਇਹ ਰੋਡ ਜੇ ਕੋਈ ਪਛਾਣਦਾ ਨਹੀਂ ਪਛਾਣਦਾ, ਰੋਡ ਦਾ ਕੀ ਪਤਾ ਲੱਗਣਾ। ਤੇ ਤੁਹਾਨੂੰ ਮੈਂ ਦੱਸਦਾ ਅਸੀਂ ਕਿੱਥੇ ਚੱਲੇ ਹਾਂ। ਅਸੀਂ ਚੱਲੇ ਹਾਂ ਪਤਾ ਨਹੀਂ ਕਿੱਥੇ। ਪ੍ਰਿਆ ਕਿੱਥੇ ਚੱਲੇ ਆਪਾਂ? ਪ੍ਰਿਆ ਕਿੱਥੇ ਚੱਲੇ ਆਪਾਂ? ਸ਼ਿਮਲੇ, ਕੁੱਲੂ, ਮਨਾਲੀ, ਹਮੀਰਪੁਰ, ਰਾਜਸਥਾਨ, ਹਰਿਆਣਾ, ਪਟਿਆਲਾ, ਕੇਰਲਾ, ਦਿੱਲੀ, ਬੰਬੇ, ਸਾਰੀ ਜਗ੍ਹਾ ਚੱਲੇ ਆ। ਠੀਕ ਹੈ, ਸੁਣ ਲੈ ਆ ਕਿਹੜੇ ਚੜੇ ਆਪਾਂ। ਹਾਏ, ਮੈਂ ਤੇ ਵੀ ਨਹੀਂ ਪਤਾ ਰਾਹ ਕਿਹੜਾ। ਸਵਾਹ ਪੜੀ ਲਿਖੀ ਮੈਂ, ਵੇਖਾਂ ਉਰੇ ਪਰੇ ਕਿੱਥੋਂ ਪਤਾ ਲੱਗੂਗਾ ਤੈਨੂੰ। ਫੋਨ ਨਾ ਚਲਾਈ ਬਸ। ਤੂੰ ਜਿੱਥੇ ਲੈ ਦੇਂਗਾ ਚੱਲ ਜਾਵੇਂਗਾ, ਜਿੱਥੇ ਚੱਲੇਂਗੀ ਚੱਲੂਗੀ ਨਾਲ, ਤੇਰੇ ਵਿੱਚ ਟਿਕਟਾਂ ਤੋਂ ਲੈ ਲਈ। ਯੇ ਤੇ ਹੁਣ ਤੁਹਾਨੂੰ ਪਹੁੰਚ ਕੇ ਦੱਸਾਂਗੇ ਕਿੱਥੇ ਕਿੱਥੇ ਜਾਣਾ ਆਪਾਂ। ਤੇ ਇੱਕ ਚੀਜ਼ ਤੁਹਾਨੂੰ ਹੋਰ, ਆਪਾਂ ਇੱਕ ਜਗ੍ਹਾ ਤੇ ਰੁਕੇ ਹੋਣ ਚਾਹ ਪੀਣ ਵਾਸਤੇ, ਤੇ ਮੈਂ ਕਰਾਈ 3 ਕੱਪ ਚਾਹ ਨਾਲ ਪਕੌੜੇ ਨਾਲ ਫ੍ਰੈਂਚ ਫ੍ਰਾਈਸ। ਤੇ ਹੁਣ ਮੈਂ ਕਰਾਂਗਾ ਪ੍ਰਿਆ ਨਾਲ ਪ੍ਰੈਂਕ। ਪ੍ਰਿਆ, ਮੈਂ ਹੀ ਕਹਿਣਾ ਗੂਗਲ ਪੇ 'ਚ ਪੈਸੇ ਨਹੀਂ ਹੈਗੇ ਮੇਰੇ, ਨਾ ਕੈਸ਼ ਮੇਰੇ ਕੋਲ। ਉਹ ਕਰਾ, ਆਪਣਾ ਆਰਡਰ ਵੀ ਕੀਤਾ ਹੋਇਆ ਵਾ। ਕੀ ਆਰਡਰ ਕੀਤਾ ਹੋਇਆ? ਉੱਥੇ ਚਾਹ ਆਰਡਰ ਕਰਤੀ ਆ, ਤੇ ਕੈਸ਼ ਨਹੀਂ ਗਾ ਮੇਰੇ ਕੋਲ, ਨਾ ਗੂਗਲ ਪੇ 'ਚ ਪੈਸੇ, ਗੂਗਲ ਪੇ ਚੱਲਣ ਨਹੀਂ ਡਿਆ ਭਰਾ। ਨਹੀਂ ਗਏ, ਮੈਂ ਤੈਨੂੰ ਫੜਾਇਆ ਸੀ। ਮੈਨੂੰ ਵੀ ਪਤਾ ਕਿੱਥੇ ਹੋ, ਤੈਨੂੰ ਫੜਾਇਆ ਸੀ ਮੈਂ। ਮੇਰੀ ਜੇਬ 'ਚ ਨਹੀਂ ਗਏ ਪੈਸੇ, ਹੁਣ ਜੇਬ 'ਚ ਨਹੀਂ ਗਏ ਮੇਰੇ ਪੈਸੇ। ਮੈਂ ਕਦੋਂ ਫੜੇ ਪੈਸੇ ਯਾਰ? ਮੈਂ ਤਾਂ ਘਰੋਂ ਪੈਸੇ ਵੀ ਨਹੀਂ ਲਏ, ਮੈਂ ਕਿਹਾ ਗੂਗਲ ਪੇ 'ਚ ਹੋਣੇ ਆ। ਗੂਗਲ ਪੇ ਚੱਲਦਾ ਹੀ ਨਹੀਂ ਪਿਆ, ਉਹ 'ਚ ਹੈਗੇ ਸੀ ਪੈਸੇ। ਪਤਾ ਨਹੀਂ, ਮੈਂ ਚਾਹ ਵੀ ਕਹਿ ਦਿੱਤੀ ਆ ਯਾਰ। ਬਣ ਗਈ ਚਾਹ, ਹੁਣ ਨਾ ਕੀ ਕਰਾਂ ਤੁਹਾਨੂੰ ਮੈਂ। ਡੈਡੀ ਨੇ ਫੋਨ ਕਰਕੇ ਪੈਸੇ ਤੈਨੂੰ ਤਾਂ ਪਾਣਗੇ ਜੇ ਗੂਗਲ ਪੇ ਚੱਲੂਗਾ, ਚੱਲਦਾ ਹੀ ਨਹੀਂ ਪਿਆ। ਨਾ ਮੈਂ ਹੀ ਕਰਾਂ ਦੇ ਵਿੱਚ। ਤਿੰਨ ਕੱਪ ਚਾਹ, 3 ਬ੍ਰੈਡ ਨਾਲ ਫ੍ਰੈਂਚ ਫ੍ਰਾਈਜ਼, ਨੱਬੇ ਰੁਪਏ ਫ੍ਰੈਂਚ ਫ੍ਰਾਈਜ਼ ਆ। 3 ਕੱਪ ਚਾਹ 20 ਰੁਪਏ ਦਾ, 60, 250 ਵੀ ਬਣਿਆ। ਅੱਜ ਵਿਚਾਲੇ ਫਸੇ ਪਏ ਹਾਂ, ਤੇਲ ਤੂੰ ਤਾਂ ਵੀ ਕਰਨਾ ਕਿ ਨਹੀਂ, ਕਿੱਦਾਂ ਜਾਣਾ ਅੱਗੇ ਪਿੱਛੇ, ਕੋਈ ਕਿੰਨੇ ਚਿਰ ਦੇ ਤੁਰੇ ਆਪਾਂ ਯਾਰ। ਮੈਂ ਤਾਂ ਇੱਥੇ ਆ ਕੇ ਵੇਖਿਆ ਯਾਰ। ਨੌਜਾ ਪ੍ਰਿਆ ਸਿੰਘ, ਮੈਨੂੰ ਪਤਾ ਸੀ ਕੋਈ ਨਾ ਕੋਈ ਗੜਬੜ ਕਰਦੇ ਪਏ ਜੇ। ਫਿਰ ਵੀ ਮੈਂ ਘਬਰਾ ਗਈ ਸੀ ਮਾੜੀ ਜੀ, ਮੈਂ ਕਿਹਾ ਯਾਰ ਜੇ ਤਰ੍ਹਾਂ ਨਾ ਸਾਡੇ ਤੋਂ ਪੈਸੇ ਹੋਏ ਤੇ ਆਪਾਂ ਕੀ ਕਰਾਂਗੇ। ਕੁਛ ਨਹੀਂ, ਭਾਂਡੇ ਪੂਰੇ ਇੱਥੇ, ਜਿੰਨੇ ਮਰਜ਼ੀ ਮਾਂਜੋ।
ਹੁਣ ਖਾ ਰਹੇ ਆਪਾਂ ਟੈਂਟ ਟਾਈਟ ਤੇ ਤਨੀ ਤੋਤਾ ਯਾਰ ਇਹ ਚ ਕਿਉਂ ਬੜਾ ਆ ਆਪਾਂ ਖਾ ਰਹੇ ਬ੍ਰੈਡ ਪਕੌੜਾ ਇਹ ਚ ਆਇਲ ਬਹੁਤ ਜ਼ਿਆਦਾ ਆ ਇਹਨੂੰ ਆਪਾਂ ਨੈਪਕਿਨ ਨਾਲ ਪ੍ਰੈਸ ਕਰਕੇ ਫੇਰ ਖਾਂਦੇ ਨਹੀਂ ਇਹ ਚ ਤੇਲ ਕੱਚੇ ਤੇਲ ਦੀ ਸਮੈਲ ਆਉਂਦੀ ਪਈ ਆ ਹਾਲਾ ਯਾਰ ਚੋ ਬੱਚੇ ਨਹੀਂ ਕੱਚੇ ਤੇਲ ਦੀ ਸਮੈਲ ਆਉਂਦੀ ਆ ਨਾਲ ਕਹੇ ਚਾਹ ਦੇ ਗਲਾਸ ਯਾਰ ਤੁਸੀਂ ਗੈਸ ਤੇ ਕਰੋ ਸਾਰੇ ਜਣੇ ਅਸੀਂ ਕਿੱਥੇ ਜਾ ਰਹੇ ਆ ਦੱਸੋ ਕਿੱਥੇ ਜਾ ਰਹੇ ਆ ਜੇ ਮੈਂ ਤੁਹਾਨੂੰ ਦੱਸਦਾ ਤਾਂ ਫੇਰ ਫਾਇਦਾ ਕੀ ਕਿਤੋਂ ਤੇ ਹਿੱਡਣ ਕਰਨਾ ਮੈਂ ਚਲੋ ਠੀਕ ਹੈ ਨੇ ਪਹੁੰਚ ਕੇ ਦੱਸੂਗਾ ਮੈਂ ਕਿੱਥੇ ਪਹੁੰਚੇ ਉਹ ਤੇ ਸਾਰਿਆਂ ਨੂੰ ਪਤਾ ਲੱਗਣਾ ਤੁਸੀਂ ਗੈਸ ਕਰੋ ਗਾਇਸ ਅਸੀਂ ਕਿੱਥੇ ਚੱਲੇ ਆ ਕਿੱਥੇ ਚੱਲੇ ਅਸੀਂ ਕਿੱਥੇ ਚੱਲੇ ਚੱਲੇ ਕੱਲੇ 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 ਤੁਸੀਂ ਸਾਡੇ ਨਾਲ ਹੋ ਇਹ ਸਫ਼ਰ ਤੁਸੀਂ ਸਾਡੇ ਨਾਲ ਰਹਿਣਾ ਇੱਥੇ ਯਾਰ ਕਿਤੇ ਰਾਹ ਰੂਟ ਲਿਖਿਆ ਵੀ ਨਹੀਂ ਆ ਨਵਾਂ ਹੀ ਰਾਹ ਆਇਆ ਉਹ ਲੱਗ ਗਿਆ ਜਗ੍ਹਾ ਕਿਹੜੀ ਆ ਗੁੜ ਵਾਲੀ ਚਾਹ ਗੁੜ ਵਾਲੀ ਚਾਹ ਚਲੋ ਚਾਹ ਪੀਏ ਫਿਰ ਆ ਜਾਓ ਮਿੱਤਰੋ ਚਾਹ ਪੀਏ ਹਾਂਜੀ ਤੇ ਰੋਕੇ ਚਾਹ ਪੀ ਰਹੇ ਆ ਨਾ ਅਸੀਂ ਗਏ ਬ੍ਰੈਡ ਪਕੌੜੇ ਉਹ ਖਰਾਬ ਆ ਆਲੂ ਖਰਾਬ ਉਹਨਾਂ 'ਚੋਂ ਅਤੇ ਤਿੰਨ ਪੀਸ ਕਰਾਏ ਸੀ ਮੈਂ ਤਿੰਨ ਦੇ ਛੇ ਠੀਕ ਹੈ ਹੁਣ ਰਹਿ ਗਏ ਆ ਇੱਕ ਆ ਵੀ ਅੱਧਾ ਹੈਗਾ ਇੱਕ ਦੋ ਅੱਧੇ ਦੇ ਮੈਂ ਕਿਹਾ ਆਲੂ ਖਰਾਬ ਨਾ ਪ੍ਰੀਆ ਕਹਿੰਦੀ ਜਾ ਕੇ ਕਹੋ ਅਤੇ ਮੈਂ ਕਿਹਾ ਵੈਰੀ ਖਾ ਤੇ ਲਏ ਵੈਰੀ ਕਹਿੰਦਾ ਇਸਮੇ ਸੇ ਕਿਤਨੇ ਤੋਂ ਖਾ ਲਏ ਆ ਪ੍ਰੀਆ ਦੱਸੀ ਤੂੰ ਕੀ ਕਿਹਾ ਮੈਂ ਕਿਹਾ ਅਸੀਂ ਤਾਂ ਚੈ ਮਤਲਬ ਖਰਾਬ ਚੀਜ਼ ਵੀ ਚੈੱਕ ਕਰਦੇ ਕਰਦੇ ਖਾ ਜਾਈਦੀ ਆ ਖਰਾਬ ਤਾਂ ਨਹੀਂ ਕਿਤੇ ਆ ਵੇਖੀ ਜਿਹੜਾ ਖਰਾਬ ਤਾਂ ਨਹੀਂ ਕਿਤੇ ਖਰਾਬ ਤਾਂ ਕਿਤੇ ਆ ਕਿੰਨੇ ਰਹਿ ਗਏ ਆ ਨਹੀਂ ਉਹ ਚੀਜ਼ ਹੀ ਕਦੀ ਖਰਾਬ ਹੈ ਜਿਹੜੀ ਤੁਸੀਂ ਸਾਰੀ ਖਾਈ ਗਈ ਖਰਾਬ ਲੱਗੀ ਆ ਫਸਟ ਬਾਈਟ ਤੇ ਤੁਸੀਂ ਕਹਿ ਦੋ ਵੀ ਨਹੀਂ ਸਾਨੂੰ ਵਧੀਆ ਲੱਗੀ ਚੇਂਜ ਕਰ ਦੋ ਆ ਖਰਾਬ ਤਾਂ ਨਹੀਂ ਕਿਤੇ ਖਾਈ ਜਰਾ ਆ ਖਰਾਬ ਤਾਂ ਨਹੀਂ ਕਿਤੇ ਖਾ ਲਿਆ ਸਾਰਾ ਚੈੱਕ ਕਰਦੇ ਕਰਦੇ ਚਾਰ ਪੰਜ ਪੀਸ ਖਾਏ ਨੇ ਤੇ ਕਿਤੇ ਚੱਲੇ ਆਪਾਂ ਉਹਨੇ ਕਿਹੜਾ ਥੀਏਟਰ ਖੋਲਿਆ ਹੋਇਆ ਇੱਧਰ ਕੀ ਕਰਦਾ ਪਿਆ ਹੈਡਫੋਨ ਲਾਏ ਨੇ ਅੱਛਾ ਚੱਲ ਠੀਕ ਹੈ ਤੇ ਰਾਤ ਪੈ ਗਈ ਆ ਆਪਾਂ ਕਿੱਥੇ ਪਹੁੰਚ ਗਏ ਆ ਦੱਸੋ ਹੁਣ ਤੈਨੂੰ ਮੈਂ ਕੁਛ ਨਹੀਂ ਦੱਸ ਸਕਦਾ ਜੇ ਵੀ ਲੈ ਮੈਪ 'ਚ ਤੈਨੂੰ ਕੁਛ ਹੋਰ ਨਾ ਵੇਖੀ ਜਰਾ ਕੁਛ ਨਹੀਂ ਪਤਾ ਲੱਗਣ ਡਿਆ ਕੁਛ ਵੀ ਨਹੀਂ ਪਤਾ ਲੱਗਣ ਡਿਆ ਯਾਰ ਮੈਂ ਥੱਕ ਗਈ ਮੇਰੇ ਤੋਂ ਹੋਰ ਨਹੀਂ ਸਫ਼ਰ ਹੁੰਦਾ ਤੂੰ ਤਾਂ ਜਾ ਮੈਂ ਚੱਲ ਜਾਣਾ ਮੇਰੀ ਹਾਂਜੀ ਜਾ ਪੰਜ ਪਾਣੀ ਦੀ ਬੋਤਲ ਲੈ ਯਾਰ ਪੰਜ ਹਾਂ ਖਾਣਾ ਕੋ ਚਿਪਸ ਖਾਣੇ ਤੂੰ ਤੂੰ ਖਾਣੇ ਪ੍ਰਿਆ ਨਹੀਂ ਬਿੱਤ ਕੀ ਦਿਖਾਉਂਗਾ ਮੈਂ ਕਿਹੜੇ ਖਾਣੇ ਕੋਈ ਵੀ ਕਿਹੜੇ ਕੋਈ ਵੀ ਚਾਰ ਬੋਤਲ ਲੈ ਇੱਕ ਬਿਸਕੁਟ ਲੈ ਗੁੱਡੇ ਖਾਣੇ ਟਾਈਗਰ ਲੈ ਇੱਕ ਬਿਸਕੁਟ ਟਾਈਗਰ ਲੈ ਕੇ ਸਾਢੇ ਪੰਜ ਘੰਟੇ ਸ਼ੋਅ ਕਰਦਾ ਪਿਆ ਸਾਢੇ ਪੰਜ ਘੰਟੇ ਕਿੱਥੇ ਜਾਣਾ ਆ ਦਿੱਲੀ ਆਪਾਂ ਚੱਲੇ ਆ ਦਿੱਲੀ ਦੌੜ ਨੂੰ ਪਹੁੰਚ ਵੀ ਜਾਣਾ ਸੀ ਆਪਾਂ ਤੈਨੂੰ ਆ ਰਾਹ ਪਹਿਲੇ ਕਦੀ ਵੇਖਿਆ ਤੂੰ ਪਹਿਲਾਂ ਦੱਸ ਨਹੀਂ ਵਿੱਚ ਪਿੰਡ ਆ ਜਾਂਦੇ ਵਿੱਚ ਸ਼ਹਿਰ ਆ ਜਾਂਦਾ ਗਾਇਸ ਤੁਸੀਂ ਦੱਸੋ ਥੋੜੀ ਮਦਦ ਕਰੋ ਮੇਰੀ ਤੇ ਜਿਹੜਾ ਜਿਹੜਾ ਜਿਹੜੇ ਪੰਜ ਵਿਨਰ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਹੜੇ ਪੰਜ ਵਿਨਰ ਗੈਸ ਕਰਨਗੇ ਨਾ ਉਹਨਾਂ ਨੂੰ ਮੇਰੇ ਵੱਲੋਂ ਪਿਆਰੇ ਜੇ ਗਿਫਟ ਠੀਕ ਹੈ ਪ੍ਰੀ ਜੀ ਉਹਨਾਂ ਨੂੰ ਪ੍ਰੀਆ ਵੱਲੋਂ ਗਿਫਟ ਉਹਨਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲੇਗਾ ਹੱਸੀ ਗਿਆ ਯਾਰ ਮੈਨੂੰ ਪਿਆਰ ਨਹੀਂ ਕਰਦੇ ਲੋਕ ਹਾਏ ਕਰਦੇ ਪਿਆਰ ਤੂੰ ਹੱਸ ਗਈ ਕਹਾਣੀ ਖਤਮ ਨਹੀਂ ਮੈਂ ਵੈਸੇ ਹੱਸੀ ਆ ਤੂੰ ਹੱਸ ਵੀ ਉੱਤੇ ਮੈਂ ਵੈਸੇ ਹੱਸੀ ਆ ਦੇਖ ਲਓ ਜੀ ਹਨੇਰਾ ਬਹੁਤ ਹੋ ਗਿਆ ਆ ਤੇ ਅਸੀਂ ਪਹੁੰਚ ਗਏ ਆ ਜਿੱਥੇ ਮਿੱਟੀ ਮਿੱਟੀ ਬਹੁਤ ਹੈਗੀ ਆ ਕਿਹੜੀ ਮਿੱਟੀ ਹੈ ਯਾਰ
ਹੈ ਧੂਲ ਮਿੱਟੀ, ਇਹ ਧੂਲ ਮਿੱਟੀ ਆ ਬਹੁਤ ਜ਼ਿਆਦਾ। ਤੇ ਅਸੀਂ ਇਸ ਟਾਈਮ ਪਹੁੰਚ ਗਏ ਆ ਪ੍ਰੀਤ ਜੀ, ਕਿੱਥੇ ਪਹੁੰਚੇ ਦੱਸਦਾ ਵਾਂ ਮੈਂ, ਦੱਸਦਾ ਵਾਂ ਰਿਪੋਰਟ ਰਿਪੋਰਟ ਵੀ ਨਹੀਂ ਲੱਭਦਾ ਕਿਤੇ, ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਕਿੱਧਰ ਲਿਜਾਈ ਜਾਣ ਦੇ। ਲੱਗਦਾ ਤੁਸੀਂ ਪਹਿਲੇ ਸਰਚ ਕੀਤੀ ਜਿੱਥੇ ਕੋਈ ਬੋਰਡ ਨਾ ਲੱਗਾ ਹੋਵੇ। ਮੈਂ ਤੇ ਉਹ ਗਾਣਾ ਯਾਦ ਆਣ ਡਿਆ, ਨਾ ਰਸਤਾ ਮਾਲੂਮ ਨਾ ਤੇਰਾ ਨਾਮ ਪਤਾ ਮਾਲੂਮ, ਨਾ ਤੇ ਪਤਾ ਮੇਰਾ, ਨਾ ਤੇ ਪਤਾ ਹੈ, ਪਤਾ ਵੀ ਪਤਾ ਕਿਉਂਕਿ ਵਿਆਹ ਹੋ ਗਿਆ ਨਾ, ਇੱਕੋ ਹੀ ਪਤਾ ਹੋ ਗਿਆ ਹੁਣ ਤਾਂ, ਹੁਣ ਹੁਣ ਤੇ ਪਤਾ ਵੀ ਇੱਕੋ ਹੀ ਹੋ ਗਿਆ ਤੇ ਯੈਸ ਠੀਕ ਹੈ। ਸੋ ਦੋਸਤੋ ਸਫ਼ਰ ਬਹੁਤ ਸੁਹਾਵਣਾ ਹੈਗਾ ਆ, ਤੁਸੀਂ ਨਾਲ ਹੀ ਜੁੜੇ ਰਹੋ ਤੇ ਲੰਬਾ ਵੀ ਕਾਫੀ ਹੈਗਾ ਕਿਉਂਕਿ ਖਤਮ ਹੀ ਨਹੀਂ ਹੋਣ ਡੇ, ਕਿੰਨੇ ਚਿਰ ਦੇ ਤੁਰੇ ਆ, ਕਿੰਨੇ ਚਿਰ ਦੇ ਠੀਕ ਆ। ਸੋ ਹੁਣ ਤੇ ਪਹੁੰਚੇ ਨਹੀਂ ਆਪਾਂ, ਅਜੇ ਵੀ ਪਹੁੰਚੇ ਨਹੀਂ ਆ, ਭੁੱਖ ਬਹੁਤ ਲੱਗ ਗਈ ਆ ਠੀਕ ਆ। ਤੇ ਰਸਤੇ ਚ ਕਾਫੀ ਖਾਲੀ ਜਿਹਾ ਰਾਹ ਹੈਗਾ ਸੀ, ਕੱਲ ਵੀ ਨਹੀਂ ਪਹੁੰਚਣਾ ਆਪਾਂ ਪ੍ਰਿਆ, ਪਰਸੋਂ ਪਹੁੰਚਣਾ। ਕੀ ਆਣਾ ਜਾ ਜਾ ਹੀ ਇਹੋ ਜੀ ਜਗ੍ਹਾ ਤੇ ਰਹੇ ਆ, ਤੇਰ ਕੁਛ ਵੀ ਇੱਕ ਚੀਜ਼ ਤੂੰ ਆਈਡੀਆ ਦੱਸ ਦੇ, ਤੈਨੂੰ ਕੁਛ ਵਿਖਿਆ ਹੋਵੇ ਕਿ ਚਾਰ ਚ ਲੈ ਜਾਂਦੇ ਫਿਰ ਆ ਵੇ ਲਫਾ ਲੈ ਚਾਰ ਚਾਰ ਚ ਲੈ ਜਾਂਦੇ ਚਾਰ ਚ ਵੀ ਛੇਤੀ ਪਹੁੰਚਣਾ, ਮਜ਼ਾ ਨਹੀਂ ਆਣਾ। ਫਿਰ ਕਿੱਥੇ ਲੈ ਕੇ ਚੱਲੇ ਹੋ, ਬਤਾਏਂਗੇ ਨਾ ਚਾਈਨਾ, ਬਤਾਏਂਗੇ ਨਾ ਚਾਈਨਾ, ਚਾਈਨਾ ਉੱਥੋਂ ਤੇ ਲੈ ਕੇ ਦੱਸ ਦੋ, ਚਾਈਨਾ ਚਾਈਨਾ ਲੈ ਗਿਆ ਫਿਰ ਤੂੰ ਰਲ ਜਾਣੀ ਉਹਨਾਂ ਵਿੱਚ, ਫਿਰ ਲੱਭਣੀ ਔਖੀ ਹੋ ਜਾਣੀ। ਮੈਨੂੰ ਤੇ ਭਾਸ਼ਾ ਵੀ ਆਉਂਦੀ ਚਾਈਨੀਜ਼, ਪਹੁੰਚ ਚੁੱਕੇ ਆ, ਰੂਮਸ ਵਗੈਰਾ ਲੈ ਲਏ ਆ, ਵਾਵਾ ਖੱਜਲ ਹੋਏ ਇੱਥੇ, ਰੂਮ ਨੀ ਮਿਲਣ ਡੇ ਸੀ, ਏਰੀਆ ਇਹੋ ਜਿਹਾ। ਤੇ ਪ੍ਰਿਆ ਨਾਰਾਜ਼ ਹੋਈ ਬੀਬੀ ਮੇਰੇ ਤੋਂ, ਇਹ ਨਾ ਫੋਨ ਮੰਗਦੀ ਵੀ ਫੋਨ ਮੈਂ ਰੱਖ ਲਿਆ ਆਪਣੇ ਕੋਲ, ਕਹਿੰਦੀ ਮੈਂ ਲੋਕੇਸ਼ਨ ਵੇਖਣੀ ਕਿੱਥੇ ਗਏ ਆਪਾਂ, ਕਿੱਥੇ ਪਹੁੰਚੇ, ਏਦਾਂ ਨੀ ਹੁੰਦਾ ਵੀਰ ਜੀ, ਭਈਆ ਸੌ ਧਲਣਾ ਤਰੀ ਦੇ ਉਹਦੀ, ਮੈਂ ਨਾ ਗਲਤ ਏਰੀਆ ਦੱਸ ਦੇ ਭਈਆ, ਕਾਂ ਕੌਣ ਸੇ ਏਰੀਆ ਮੈਂ ਪਤਾ ਇਹਨੂੰ ਭਈਆ, ਮੈਂ ਬੈਠਾ ਕਿਸਮਤ ਕੇ ਸਹਾਰੇ, ਭਈਆ ਮੈਂ ਬੈਠਾ ਕਿਸਮਤ ਕੇ ਸਹਾਰੇ, ਬੋਲੀ ਭਈਆ ਮੈਂ ਬੈਠਾ ਕਿਸਮਤ ਕੇ ਸਹਾਰੇ, ਜਹਾਂ ਲੇਕਰ ਜਾਏਂਗੇ ਵਹਾਂ ਚਲੀ ਜਾਊਂਗੀ। ਪੜੀ ਹਾਂ, ਇੱਕ ਚੀਜ਼ ਹੋਰ ਦੱਸਦਾ, ਅਸੀਂ ਕਾਫੀ ਦੂਰ ਆ ਗਏ ਹਾਂ ਪਰ ਇਸ ਰਾਜ ਚ ਵੀ ਪੰਜਾਬੀ ਚੱਲਦੀ ਪਈ ਹੈ, ਜੇ ਰਾਜ ਬਦਲ ਗਿਆ ਓਹੋ। ਸੋ ਗਾਇਸ ਇਹ ਜਿਹੜਾ ਕਮਰਾ ਤੁਸੀਂ ਦੇਖ ਸਕਦੇ ਹੋ, ਤੇਰਾ ਕਿਹੜਾ ਕਮਰਾ, ਬੈਰੀ ਦਾ ਵੀ ਕਮਰਾ ਦਿਖਾਉਂਦੇ ਆ ਤੁਹਾਨੂੰ, ਹੈਗੇ ਤੀਜੀ ਮੰਜ਼ਿਲ ਦੇ, ਕਿੰਨੇ ਪੁਰਾਣੇ ਟਾਈਪ ਦਾ ਬੈੱਡ ਆ ਨਾ ਇੱਥੇ, ਹੋਟਲ ਨਾ ਜਿਹੜੇ ਆ ਮਿਲਦੇ ਨਹੀਂ ਪਏ ਸੀ ਤੇ ਬੜੀ ਮੁਸ਼ਕਿਲ, ਕਿੱਥੇ ਨਹੀਂ ਮਿਲਦੇ ਪਏ ਸੀ ਗਾਇਸ, ਜਾਣਨਾ ਚਾਹੁੰਦੇ ਲੋਕੀ, ਇੱਥੇ ਹੋਟਲ ਮਿਲਦੇ ਨਹੀਂ ਪਏ ਸੀ, ਜੇ ਮਿਲਦੇ ਆ ਤਾਂ ਗੰਦੇ ਬੰਦੇ ਸੀ, ਤੇ ਇੱਕ ਠੀਕ ਠਾਕ ਜਿਹਾ ਮਿਲਿਆ ਵਾ ਤੇ ਅਸੀਂ ਲੈ ਲਿਆ ਵਾ, ਰੇਟ ਇਹਦਾ ਹਾਈ ਸੀ, ਭਰਨਾ ਪਿਆ ਮਜਬੂਰੀ 'ਚ, ਕੀ ਕਰੀਏ, ਨਹੀਂ ਤਾਂ ਅਸੀਂ ਇੰਨਾ ਰੇਟ ਭਰਨ ਵਾਲੇ ਬੰਦੇ ਨਹੀਂ ਗਏ। ਕਿੰਨਾ ਰੇਟ ਭਰ ਦਿੱਤਾ ਜੇ, ਮੇਰਾ ਬੀਬੀ ਨਾ ਘਟਾਓ ਦੱਸੋ, 3000 ਤਿੰਨ ਮਿੰਟ ਰੁਕਣਾ, ਤੇ ਕਈ ਲੋਕਾਂ ਨੂੰ ਆਈਡੀਆ ਲੱਗ ਗਿਆ ਹੋਊਗਾ ਕਈ ਕਿੱਥੇ ਹੈਗੇ ਆ, ਕਿੱਥੇ ਹੈਗੇ ਆ, ਲੋਕਾਂ ਨੂੰ ਲੱਗ ਗਿਆ ਹੋਊਗਾ ਜਿਹੜੇ ਹਰਿਆਣਾ, ਹਰਿਆਣਾ ਰਾਜ ਬਦਲ ਗਿਆ, ਹਰਿਆਣਾ ਜਿਹੜੇ ਸਮਝਦਾਰ ਹੋਣਗੇ ਉਹ ਵੇਖ ਲੈਣਗੇ, ਗਾਰੰਟੀ ਹਰਿਆਣਾ, ਮੇਰੇ ਮੇਰੇ ਚ ਹੀ ਪਤਾ ਲੱਗਣ ਡਿਆ ਵਾ ਕਿ ਆਪਾਂ ਕਿੱਥੇ ਹੈਗੇ ਆ। ਅੱਛਾ ਠੀਕ ਹੈ,
ਕੀ ਤੁਹਾਡੇ ਚ ਪਤਾ ਲੱਗਣਾ? ਕੁਛ ਨਹੀਂ ਪਤਾ ਲੱਗਣਾ ਹੁਣ, ਬੰਦ ਕਰ ਦੇ ਵੀਡੀਓ। ਕੀ ਕੁਛ ਨਾ ਕੁਛ ਤੇ ਹੈਗਾ ਤੁਹਾਡੇ ਅੱਗੇ ਪਿੱਛੇ। ਇਹ ਪੇਂਟਿੰਗ ਕੇਰਲਾ ਦੇ ਲੱਗਣ ਨਹੀਂ ਮਿਲਦਾ? ਨਹੀਂ ਪੇਂਟਿੰਗ ਵਾਲਾ ਚੱਕਰ ਹੀ ਕੋਈ ਨਹੀਂ। ਦੇਣਾ ਮੈਨੂੰ ਦੇਣਾ ਕਿਤੇ ਭਈਆ, ਯੇ ਇਲਾਕਾ ਕੌਨ ਸਾ ਹੈ? ਦੋਸਤ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਵਾ, ਮੈਂ ਤੇ ਇਹੋ ਜਿਹਾ ਹੈ ਨੀ, ਪ੍ਰਿਆ ਵੀ ਨੀ ਗੀ, ਤੇ ਕਈ ਲੋਕ ਜਿਹੜੇ ਕਈ ਲੋਕ ਹੁੰਦੇ ਆ ਇਹ ਜਿਹੜੇ ਲਾਂਦੇ ਆ ਨਾ ਉਹ ਜ਼ਰੂਰ ਹੱਸਣਗੇ ਇਹ ਚੀਜ਼ 'ਤੇ। ਇਹਨਾਂ ਨੂੰ ਬੜੀ ਗੰਦੀ ਆਦਤ ਹੁੰਦੀ ਜਿਹੜੇ ਲਾਂਦੇ ਚੈਣੀ ਖੈਣੀ, ਹੈਂ ਉਹਨਾਂ ਨੂੰ ਆਦਤਾਂ ਪਤਾ ਕੀ ਹੁੰਦੀਆਂ ਧੰਦਾ ਖਾਣਾ। ਆਈ ਅਲਮਾਰੀ ਚੈੱਕ ਕਰਦੇ ਵੀ ਉੱਤੇ ਕੀ ਚਿਪਕਿਆ ਪਿਆ। ਇਹਨਾਂ ਨੂੰ ਬੜੀ ਆਦਤ ਹੁੰਦੀ ਜਿਹੜੇ ਚੈਣੀ ਖੈਣੀ ਖਾਂਦੇ ਆ, ਕਈ ਛਾਤਰਾਂ ਮਾਰਨਗੇ, ਹੈਂ ਕਈ ਵਾਸ਼ਰੂਮ ਸੁੱਟ ਦੇਣਗੇ, ਕਈ ਇੱਥੇ ਮੂੰਹਾਂ 'ਚ ਮਾਰਨਗੇ। ਬੜੀ ਬੜੀ ਆਦਤ ਹੁੰਦੀ ਆ ਵੀ ਉਹਦੇ ਪੁੱਤ ਨੂੰ ਕਿਤੇ ਤਾਨੇ ਲਾਉਣ ਦੀ। ਇਹ ਨਾ ਮੈਨੂੰ ਲੱਗਦਾ ਇਹ ਗੋਲਡ ਮੈਡਲਿਸਟ ਬਣਗੇ ਜੋ ਓਲੰਪਿਕ 'ਚ ਜਾਣਗੇ ਤੇ ਚੈਣੀ ਖੈਣੀ ਮਾਰੂ ਮੁਕਾਬਲਾ।